ਹੈਲੋ एवरीवन ਸਟੈਟਿਕ ਜੀ ਕੇ ਐਮਸੀਕਿਊ ਸੀਰੀਜ਼ ਦਾ ਸੈੱਟ 5 ਅੱਜ ਇਸ ਵੀਡੀਓ ਦੇ ਵਿੱਚ ਰਿਵਿਊਸ ਕਰਾਂਗੇ ਅਗਰ ਤੁਸੀਂ ਫਸਟ ਟਾਈਮ ਚੈਨਲ ਨੂੰ ਵਾਚ ਕਰ ਰਹੇ ਹੋ ਤਾਂ ਇਸ ਵੀਡੀਓ ਦੇ ਨੀਚੇ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਇਸ ਸੀਰੀਜ਼ ਦੇ ਜੋ ਵੀ ਅਪਕਮਿੰਗ ਸੈੱਟ ਅਪਲੋਡ ਹੋਣਗੇ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਐਂਡ ਫਰੈਂਡਸ ਇਹਨਾਂ ਸਾਰੇ ਕੁਐਸਚਨਸ ਦੀ ਤੁਹਾਨੂੰ ਵੀਡੀਓ ਦੇ ਲਾਸਟ ਤੇ ਪੀਡੀਐਫ ਵੀ ਪ੍ਰੋਵਾਈਡ ਕਰਵਾਈ ਜਾਵੇਗੀ ਤਾਂ ਉਸ ਦੇ ਲਈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰੋ ਜਿਸ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਕਵੈਸਚਨ ਨੰਬਰ 41 ਇਸ ਸੈੱਟ ਦੇ ਵਿੱਚ ਡਿਸਕਸ ਕਰਾਂਗੇ ਫਰਸਟ 1 ਤੋਂ 40 ਕਵੈਸਚਨ ਜੋ ਹਨ ਫਰੈਂਡਸ ਉਹ ਆਲਰੇਡੀ ਫਰਸਟ 4 ਸੈੱਟਸ ਦੇ ਵਿੱਚ ਡਿਸਕਸ ਕਰ ਚੁੱਕੇ ਹਨ ਜਿਸ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਨੀਚੇ ਹੈ ਤਾਂ ਤੁਸੀਂ ਫਰਸਟ 4 ਸੈੱਟ ਵੀ ਜ਼ਰੂਰ ਵਾਚ ਕਰੋ ਆਓ ਸਟਾਰਟ ਕਰਦੇ ਹਾਂ ਕਵੈਸਚਨ ਨੰਬਰ 41 ਹਾਊ ਲੰਗ ਅ ਪਰਸਨ ਸ਼ੁੱਡ ਹੈਵ ਪ੍ਰੈਕਟਿਸਡ ਇਨ ਹਾਈ ਕੋਰਟ ਟੂ ਬੀ ਐਲੀਜੀਬਲ ਟੂ ਬੀ ਅਪੋਇੰਟਡ ਐਜ਼ ਜੱਜ ਆਫ ਸੁਪਰੀਮ ਕੋਰਟ ਆਫ ਇੰਡੀਆ ਫਰੈਂਡਸ ਸੁਪਰੀਮ ਕੋਰਟ ਆਫ ਇੰਡੀਆ ਦਾ ਜੱਜ ਬਣਨ ਦੇ ਲਈ ਹਾਈ ਕੋਰਟ ਦੇ ਵਿੱਚ ਕਿੰਨਾ ਟਾਈਮ ਪ੍ਰੈਕਟਿਸ ਕੀਤੀ ਹੋਣੀ ਜ਼ਰੂਰੀ ਹੈ ਤਾਂ ਆਪਾਂ ਕੁਝ ਕੁਆਲਿਫਿਕੇਸ਼ਨ ਦੇਖ ਲੈਣੇ ਆ ਜੋ ਕਿ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ ਰਿਕੁਆਇਰਡ ਹਨ ਨੰਬਰ 1 ਹੈ ਹੀ ਸ਼ੁੱਡ ਹੈਵ ਬੀਨ ਅ ਜੱਜ ਆਫ ਹਾਈ ਕੋਰਟ ਫੋਰ 5 ইয়ারਜ਼ ਅਗਰ ਉਹ ਹਾਈ ਕੋਰਟ ਦੇ ਵਿੱਚ ਐਜ਼ ਅ ਜੱਜ ਹੈ ਤਾਂ ਉਸ ਦੇ ਲਈ ਟਾਈਮ ਪੀਰੀਅਡ 5 ইয়ার ਹੈ ਐਂਡ ਹੀ ਸ਼ੁੱਡ ਹੈਵ ਬੀਨ ਐਡਵੋਕੇਟ ਆਫ ਅ ਹਾਈ ਕੋਰਟ ਫੋਰ 10 ইয়ার ਅਗਰ ਉਹ ਐਜ਼ ਅ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਹੈ ਤਾਂ ਹਾਈ ਕੋਰਟ ਦੇ ਵਿੱਚ ਉਸ ਦੇ ਲਈ ਟਾਈਮ ਪੀਰੀਅਡ 10 ইয়ার ਹੈ ਤਾਂ ਫਰੈਂਡਸ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਜੱਜ ਦੇ ਲਈ ਟਾਈਮ ਪੀਰੀਅਡ 5 ਇਅਰ ਹੈ ਅਗਰ ਉਹ ਹਾਈ ਕੋਰਟ ਦੇ ਵਿੱਚ ਐਜ਼ ਅ ਜੱਜ ਵਰਕ ਕਰ ਰਿਹਾ ਹੈ ਤਾਂ ਉਸ ਦੇ ਲਈ 5 ਇਅਰ ਟਾਈਮ ਪੀਰੀਅਡ ਹੋਵੇਗਾ ਅਗਰ ਉਹ ਐਜ਼ ਅ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਹੈ ਤਾਂ ਉਸ ਦੇ ਲਈ ਟਾਈਮ ਪੀਰੀਅਡ 10 ਇਅਰ ਹੋਵੇਗਾ ਤਾਂ ਇਸ ਤੋਂ ਇਲਾਵਾ ਅਗਰ ਉਹ ਪ੍ਰੈਜ਼ੀਡੈਂਟ ਦੀ opinion ਦੇ ਵਿੱਚ ਇੱਕ ਡਿਸਟਿੰਗਿਸ਼ਡ ਯੂਰੀਸਟ ਹੈ ਤਾਂ ਅੰਡਰ ਆਰਟੀਕਲ ਉਸ ਨੂੰ ਵੀ ਐਜ਼ ਅ ਜੱਜ ਜੋ ਸੁਪਰੀਮ ਕੋਰਟ ਜੋ ਅਪਾਇੰਟ ਕੀਤਾ ਜਾ ਸਕਦਾ ਹੈ ਤਾਂ ਫਰੈਂਡਸ অপਸ਼ਨ ਦੀ ਕੋਡਿੰਗ ਆਪਾਂ ਦੇਖਾਂਗੇ ਤਾਂ ਇੱਥੇ ਪ੍ਰੈਕਟਿਸ ਦੀ ਗੱਲ ਹੋ ਰਹੀ ਹੈ ਤਾਂ ਪ੍ਰੈਕਟਿਸ ਐਜ਼ ਅ ਐਡਵੋਕੇਟ ਉਸਨੇ ਕੀਤੀ ਹੋਣੀ ចਾਹੀਦੀ ਹੈ 4 ਦਾ ਟਾਈਮ ਆਫ 10 ਇਅਰ ਤਾਂ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ 10 ਇਅਰ ਬਣ ਜਾਵੇਗਾ ਤਾਂ ਇਹ ਇਸ ਦਾ ਰਾਈਟ ਆਨਸਰ ਹੋਵੇਗਾ ਸੁਪਰੀਮ ਕੋਰਟ ਆਫ ਇੰਡੀਆ ਦੀ ਗੱਲ ਕਰੀਏ ਫਰੈਂਡਸ ਤਾਂ ਸੁਪਰੀਮ ਕੋਰਟ ਹਾਈਐਸਟ ਜੁਡੀਸ਼ੀਅਲ ਕੋਰਟ ਹੈ ਅੰਡਰ ਦਾ ਕਨਸਟੀਟਿਊਸ਼ਨ ਆਫ ਇੰਡੀਆ ਟੋਟਲ ਨੰਬਰ ਆਫ ਜਜੇਸ ਸੇ ਇੱਕ ਮੋਸਟ ਇੰਪੋਰਟੈਂਟ ਪੁਆਇੰਟ ਹੈ ਫਰੈਂਡਸ ਜਿਸ ਤੇ ਹਰ ਵਾਰ ਕੁਐਸਚਨ ਬਣਦਾ ਹੀ ਹੁੰਦਾ ਹੈ ਟੋਟਲ ਨੰਬਰ ਆਫ ਜਜੇਸ ਆਮ ਹੀ ਹਰ ਕੁਐਸਚਨ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਆ ਤਾਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਜੋ ਜਜੇਸ ਦੀ ਟੋਟਲ ਗਿਣਤੀ ਹੈ ਉਹ 34 ਹੈ ਜਿਸ ਦੇ ਵਿੱਚ ਇੱਕ ਚੀਫ ਜਸਟਿਸ ਹੋਵੇਗਾ ਐਂਡ 33 ਅਦਰ ਜਜੇਸ ਹੋਣਗੇ ਫਰੈਂਡਸ ਇਸ ਤੋਂ ਪਹਿਲਾਂ ਜੋ ਗਿਣਤੀ ਸੀ ਇਹ 31 ਸੀ ਐਂਡ ਜਿਸ ਦੇ ਵਿੱਚ ਇੱਕ ਚੀਫ ਜਜੇਸ ਸੀ ਐਂਡ 30 ਉਹ ਸੀ ਉਹ ਅਦਰ ਜਜੇਸ ਸੀ ਬਟ ਹੁਣ ਇਹਨਾਂ ਦੀ ਗਿਣਤੀ ਹੈ ਜੋ 34 ਹੋ ਚੁੱਕੀ ਹੈ 1 ਚੀਫ ਜਸਟਿਸ ਹੋਵੇਗਾ ਐਂਡ 33 ਅਦਰ ਜੱਜਸ ਹੋਣਗੇ ਐਸਟੈਬਲਿਸ਼ਮੈਂਟ ਦੀ ਅਗਰ ਗੱਲ ਕਰੀਏ ਤਾਂ ਇਹ 1937 ਦੇ ਵਿੱਚ ਐਜ਼ ਅ ਫੈਡਰਲ ਕੋਰਟ ਆਫ ਇੰਡੀਆ ਐਸਟੈਬਲਿਸ਼ ਕੀਤੀ ਗਈ ਸੀਗੀ ਜਿਸ ਨੂੰ ਬਾਅਦ ਵਿੱਚ ਰਿਪਲੇਸ ਕੀਤਾ ਗਿਆ ਸੁਪਰੀਮ ਕੋਰਟ ਆਫ ਇੰਡੀਆ ਔਨ 28th ਜਨਵਰੀ 1950 ਤਾਂ ਫਰੈਂਡਸ ਇਹ ਡੇਟ ਮੋਸਟ ਇੰਪੋਰਟੈਂਟ ਹੈ ਜਿਸ ਤੇ ਹਰ ਵਾਰ ਕੁਐਸਚਨ ਬਣਿਆ ਸੁਪਰੀਮ ਕੋਰਟ ਆਫ ਇੰਡੀਆ ਨੂੰ ਕਦੋਂ ਐਸਟੈਬਲਿਸ਼ ਕੀਤਾ ਗਿਆ ਸੀ 28 ਜਨਵਰੀ 1950 ਜੋ ਕਿ ਤੁਸੀਂ ਯਾਦ ਰੱਖ ਲੈਣੀ ਹੈ ਲੋਕੇਸ਼ਨ ਦੀ ਗੱਲ ਕਰੀਏ ਤਾਂ ਤਿਲਕ ਮਾਰਗ ਨਿਊ ਦਿੱਲੀ ਦੇ ਵਿੱਚ ਇਹ ਲੋਕੇਟਿਡ ਹੈ ਫਸਟ ਚੀਫ ਜਸਟਿਸਸ ਆਫ ਇੰਡੀਆ ਐਚ ਜੀ ਕਾਨੀਆਂ ਸੀ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਬਣਿਆ ਐ ਐਡ ਪ੍ਰੈਜ਼ੀਡੈਂਟ ਇਸ ਦਾ ਜੋ ਚੀਫ ਜਸਟਿਸਸ ਆਫ ਇੰਡੀਆ ਹੈ ਉਹ ਹੈ ਸ਼ਰਦ ਅਰਵਿੰਦ ਬੋਬਡੇ ਸਿንስ 2019 ਐਂਡ ਫਰੈਂਡਸ ਦੋ ਕੁਐਸਚਨ ਹੋਰ ਇਸ ਤੇ ਬੇਸਡ ਬੰਦੇ ਹਨ ਫਰਸਟ ਔਮਨ ਜਜ ਔਫ ਸੁਪਰੀਮ ਕੋਰਟ ਐਂਡ ਫਰਸਟ ਔਮਨ ਜਜ ਔਫ ਹਾਈ ਕੋਰਟ ਤਾਂ ਫਰਸਟ ਔਮਨ ਜਜ ਔਫ ਸੁਪਰੀਮ ਕੋਰਟ ਫਾਤਿਮਾ ਬੀਬੀ ਸੀ ਐਂਡ ਫਰਸਟ ਔਮਨ ਜਜ ਔਫ ਹਾਈ ਕੋਰਟ ਲੀਲਾ ਸੇਟ ਸੀ ਤਾਂ ਇਹ ਦੋਨੋਂ ਕੁਐਸਚਨ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲੈਣੇ ਆ ਫਰੈਂਡਸ ਇਹਨਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਹੈ ਲੀਲਾ ਸੇਟ ਆਪਾਂ ਸੁਪਰੀਮ ਕੋਰਟ ਦੀ ਫਰਸਟ ਜਜ ਲੈਟ ਕਰਕੇ ਆਂਸਰ ਨੂੰ ਰੋਂਗ ਕਰ ਦਿੰਦੇ ਆ ਤਾਂ ਲੀਲਾ ਸੇਟ ਹਾਈ ਕੋਰਟ ਦੀ ਸੀ ਜਜ ਸੀ ਫਰਸਟ ਜਜ ਐਂਡ ਜੋ ਫਾਤਿਮਾ ਬੀਬੀ ਸੀਓ ਸੁਪਰੀਮ ਕੋਰਟ ਦੀ ਫਰਸਟ ਜੱਸੀ ਤਾਂ ਇਹ ਸੀਗੇ ਕੁਸ਼ਟ ਫੈਕਟਸ ਜੋ ਤੁਸੀਂ ਯਾਦ ਕਰ ਲੈਣੇ ਆ ਸੈਕਿੰਡ ਕੁਸ਼ ਨੈਕਸਟ ਕੁਐਸਚਨ ਦੇਖਦੇ ਆ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਖਰੀਫ ਕ੍ਰੌਪ ਇਹਨਾਂ ਦੇ ਵਿੱਚੋਂ ਕਿਹੜੀ ਖਰੀਫ ਕ੍ਰੌਪ ਨਹੀਂ ਹੈ ਤਾਂ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਵੀਟ ਵੀਟ ਥਰੀਪ ਕ੍ਰੌਪ ਨਹੀਂ ਹੈ ਫਰੈਂਡਸ ਇਹ ਇੱਕ ਡਰਾਵੀ ਗ੍ਰੋਪਸ ਹੈ ਆਪਾਂ ਕੁਸ਼ਟ ਖਰੀਫ ਐਂਡ ਡਰਾਵੀ ਗ੍ਰੋਪਸ ਬਾਰੇ ਦੇਖ ਲੈਣੇ ਆ ਖਰੀਫ ਐਂਡ ਡਰਾਵੀ ਫਰੈਂਡਸ ਅਰੇਬਿਕ ਨੇਮ ਹਨ ਆਟਮ ਐਂਡ ਸਪਰਿੰਗ ਦੇ ਸਪਰਿੰਗ ਦਾ ਅਰੈਬਿਕ ਨੇਮ ਰਾਵੀ ਹੈ ਐਂਡ ਆਟਮ ਦਾ ਜੋ ਅਰੈਬਿਕ ਨੇਮ ਹੈ ਉਹ ਖਰੀਫ ਕ੍ਰੌਪ ਹੈ ਤਾਂ ਇਹਨਾਂ ਬਾਰੇ ਆਪਾਂ ਦੇਖ ਲੈਣੇ ਆਂ ਫਰੈਂਡਸ ਹਰ ਵਾਰ ਕੁਐਸਚਨ ਐਗਜ਼ਾਮ ਦੇ ਵਿੱਚ ਬਣਦੇ ਹੀ ਬਣਦੇ ਇਸ ਟੌਪਿਕ ਦੇ ਵਿੱਚੋਂ ਤਾਂ ਜੋ ਖਰੀਫ ਕ੍ਰੌਪਸ ਹਨ ਇਹਨਾਂ ਨੂੰ ਸੌਣੀ ਦੀਆਂ ਫਸਲਾਂ ਵੀ ਅਖਿਆ ਜਾਂਦਾ ਐਂਡ ਰਾਵੀ ਨੂੰ ਹਾੜੀ ਦੀਆਂ ਫਸਲਾਂ ਵੀ ਅਖਿਆ ਜਾਂਦਾ ਕੁਝ ਕੁ ਸਟੂਡੈਂਟ ਹਨ ਜੋ ਜ਼ਿਆਦਾਤਰ ਪੰਜਾਬੀ ਮੀਡੀਅਮ ਨੂੰ ਬਿਲੋਂਗ ਕਰਦੇ ਹਨ ਤਾਂ ਉਹਨਾਂ ਨੂੰ ਈਜ਼ੀ ਕਰਨ ਦੇ ਲਈ ਅਸੀਂ ਇਹਨਾਂ ਦੇ ਨਾਲ ਪੰਜਾਬੀ ਵੀ ਲਿਖ ਦਿੱਤੀ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹੋ ਤਾਂ ਆਉ ਸਟਾਰਟ ਕਰਦੇ ਹਾਂ ਕ੍ਰੀਪ ਕ੍ਰੌਪਸ ਬਾਰੇ ਕ੍ਰੀਪ ਕ੍ਰੌਪਸ ਫ੍ਰੈਂਡਸ ਜੂਨ ਜੁਲਾਈ ਦੇ ਵਿੱਚ ਬੀਜੀਆਂ ਜਾਂਦੀਆਂ ਐਂਡ ਇਹਨਾਂ ਨੂੰ ਸਤੰਬਰ ਅਕਤੂਬਰ ਦੇ ਵਿੱਚ ਵੱਢ ਲਿਆ ਜਾਂਦਾ ਐਂਡ ਅਦਰ ਨੇਮ ਇਹਨਾਂ ਨੂੰ ਮੌਨਸੂਨ ਕ੍ਰੌਪਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਗਰ ਰਾਵੀ ਕ੍ਰੌਪਸ ਦੀ ਗੱਲ ਕਰੀਏ ਤਾਂ ਰਾਵੀ ਕ੍ਰੌਪਸ ਅਕਤੂਬਰ ਨਵੰਬਰ ਦੇ ਵਿੱਚ ਬੀਜਿਆ ਜਾਂਦੇ ਹਨ ਐਂਡ ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੂੰ ਹਾਰਵੈਸਟ ਕਰ ਲਿਆ ਜਾਂਦਾ ਤਾਂ ਇਹਨਾਂ ਨੂੰ ਵਿੰਟਰ ਕ੍ਰੌਪਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕੁਝ ਕਿ ਐਗਜ਼ਾਮਪਲਸ ਦੇਖਦੇ ਹਾਂ ਫਰੈਂਡਸ ਖਰੀਫ ਕ੍ਰੌਪ ਦੀਆਂ ਜਿਸ ਤਰ੍ਹਾਂ ਰਾਈਸ ਹੈ ਮੇਜ਼ ਮਾਈਲਟਸ ਰਾਗੀ ਸੋਇਆ ਵੀ ਇਨ ਤਾਂ ਇਹ ਕੁਝ ਐਗਜ਼ਾਮਪਲਸ ਹਨ ਜੋ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ ਹਨ ਐਂਡ ਰਾਵੀ ਕ੍ਰੌਪਸ ਦੀ ਗੱਲ ਕਰੀਏ ਤਾਂ wheat, barley, oats, pulses ਜੋ ਹਨ peas, mustard ਇਹ ਸਾਰੀਆਂ ਜੋ ਹਨ ਰਾਵੀ ਕ੍ਰੌਪਸ ਹਨ ਐਂਡ ਫਰੈਂਡਸ ਜੋ ਟਾਈਮ ਪੀਰੀਅਡ ਇਨ੍ਹਾਂ ਦੋਨਾਂ ਦੇ ਵਿੱਚ ਕੰਨ ਨਹੀਂ ਹੁੰਦਾ ਜਿਸ ਤਰ੍ਹਾਂ March to May ਹੈ ਤਾਂ ਇਹ ਟਾਈਮ ਦੇ ਵਿੱਚ ਜੋ creep crops ਹੁੰਦੀਆਂ ਉਹਨਾਂ ਨੂੰ xer crops ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਤਰ੍ਹਾਂ ਇਸ ਦੇ ਕੁਝ ਕੁ ਐਗਜ਼ਾਮਪਲਸ ਹਨ pumpkin, cucumber ਐਂਡ bitter gourd ਤਾਂ ਇਹ ਸਾਰੇ ਤੁਸੀਂ ਆਪਣੇ ਧਿਆਨ ਦੇ ਵਿੱਚ ਕਰ ਲੈਣੇ ਆ ਫਰੈਂਡਸ ਹਰ ਵਾਰ ਕੁਐਸਚਨ ਆਣ ਬਣਦਾ ਹੀ ਆਉਂਦਾ ਹੈ ਕੁਐਸਚਨ ਇਹ ਆਉਂਦਾ ਹੁੰਦਾ ਵੀ ਇਸ ਵਿੱਚੋਂ 4 ਤੁਹਾਨੂੰ ਕ੍ਰੋਪਸ ਦੇ ਕੇ ਕਹਿ ਦੇਣਗੇ ਕਿ ਇਹਨਾਂ ਦੇ ਵਿੱਚੋਂ ਕਿਹੜੀ ਰਾਵੀ ਕ੍ਰੋਪ ਨਹੀਂ ਹੈ ਜਾਂ ਕਿਹੜੀ ਵੀਡ ਕ੍ਰੋਪ ਨਹੀਂ ਹੈ ਤਾਂ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੇ ਆ ਪੰਜਾਬੀ ਇਹਨਾਂ ਦੇ ਨਾਲ ਹੀ ਲਿਖ ਦਿੱਤੀ ਹੈ ਤਾਂ ਜੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤਾਂ ਇੱਕ ਦੋ ਵਾਰੀ ਤੁਸੀਂ ਜਦੋਂ ਇਸ ਨੂੰ ਵਾਚ ਕਰੋਗੇ ਤਾਂ ਇਹ ਤੁਹਾਡੇ ਯਾਦ ਹੋ ਜਾਣੀ ਹੈ ਨੈਕਸਟ ਕੁਐਸਚਨ ਹੈ ਦ ਸਟੋਨਸ ਫਾਰਮਡ ਇਨ ਦਾ ਹਿਊਮਨ ਕਿਡਨੀ ਕੰਸਿਸਟ ਮੋਸਟਲੀ ਆਫ ਫਰੈਂਡਸ ਇੱਕ ਆਮ ਹੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ ਹਰ ਇੱਕ ਦੀ ਕਿਡਨੀ ਦੇ ਵਿੱਚ ਜੋ ਆਪਣੇ ਪਥਰੀ ਦੀ ਪ੍ਰੋਬਲਮ ਆ ਜੋ ਹਰ ਵਾਰੀ ਦੇਖਣ ਨੂੰ ਮਿਲਦੀ ਹੈ ਆ ਆਮ ਲੋਕਾਂ ਦੇ ਵਿੱਚ ਤਾਂ ਇਹ ਇਹ ਪੁੱਛ ਰਿਹਾ ਇਹਦਾ ਸਟੋਨ ਜਿਹੜਾ ਫਾਰਮ ਕੀਤਾ ਜਾਂਦਾ ਹੈ ਹਿਊਮਨ ਕਿਡਨੀ ਦੇ ਵਿੱਚ ਉਹ ਕਿਸ ਦਾ ਬਣਿਆ ਹੁੰਦਾ ਹੈ ਤਾਂ ਫਰੈਂਡਸ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕੈਲਸ਼ੀਅਮ ਆਕਸਲੇਟ ऑक्सलेट एक नेचुरल केमिकल है फ्रेंड्स जो कि अपने फूड ਦੇ ਵਿੱਚ ਪਾਇਆ ਜਾਂਦਾ ਹੈ ਤਾਂ ਕੈਲਸ਼ੀਅਮ অক্সਲੇਟ ਜਾਂ ਕੈਲਸ਼ੀਅਮ ਫਾਸਫੇਟ ਇਹ ਦੋਨੋਂ ਤੁਸੀਂ ਮਿਲ ਕੇ ਜੋ ਬੰਦ ਹੈ ਅਗਰ ਕੈਲਸ਼ੀਅਮ ਫਾਸਫੇਟ ਦੀ অপਸ਼ਨ ਹੈ फ्रेंड्स ਤਾਂ ਉਹ ਵੀ ਰਾਈਟ ਹੋਵੇਗਾ ਬਟ ਇੱਥੇ অপਸ਼ਨ ਹੀ ਕੈਲਸ਼ੀਅਮ অক্সਲੇਟ ਦੀ ਹੈ ਤਾਂ ਆਪਣਾ ਜੋ ਰਾਈਟ ਆਨਸਰ ਹੋਵੇਗਾ ਉਹ ਡੀ ਹੋਵੇਗਾ ਤਾਂ ਤੁਸੀਂ ਇਹ ਦੋਨੇ ਯਾਦ ਰੱਖਣੇ ਹੈ ਕੈਲਸ਼ੀਅਮ অক্সਲੇਟ ਐਂਡ ਕੈਲਸ਼ੀਅਮ ਫਾਸਫੇਟ ਤਾਂ ਇਸ ਤੋਂ ਇਲਾਵਾ ਆਪਾਂ ਕਿਡਨੀ ਦੀਆਂ ਹੋਰ ਵਰਕਿੰਗ ਦੇਖ ਲੈਣੇ ਆ ਕਿਡਨੀ ਕਲੀਨ ਕਰਦੀ ਹੈ ਬਲੱਡ ਨੂੰ ਫਿਲਟਰ ਕਰਨ ਦਾ ਕੰਮ ਵੀ ਕਰਦੀ ਹੈ ਫਰੈਂਡਸ ਇਹ ਵੀ ਕੁਐਸਚਨ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੈ ਹੂ ਇਜ਼ ਰਿਸਪੌਂਸਿਵਲ ਫੋਰ ਬਲੱਡ ਫਿਲਟਰਿੰਗ ਬਲੱਡ ਦੀ ਜਿਹੜੀ ਫਿਲਟਰਿੰਗ ਹੈ ਉਹ ਕੌਣ ਕਰਦਾ ਤਾਂ ਉਹ ਕਿਡਨੀ ਕਰੇਗੀ ਤਾਂ ਵਰਲਡ ਬਲੱਡ ਦੀ ਫਿਲਟਰਿੰਗ ਕਰਨ ਤੋਂ ਬਾਅਦ ਰਿਮੂਵ ਜੋ ਵੇਸਟ ਪ੍ਰੋਡਕਟਸ ਹੁੰਦੇ ਆ ਉਸ ਨੂੰ ਇਹ ਰਿਮੂਵ ਕਰ ਦਿੰਦੀ ਹੈ ਇਸ ਤੋਂ ਇਲਾਵਾ ਰੈਗੂਲੇਟ ਕਰਦੀ ਹੈ ਮਾਈਨਰੈਲਸ ਨੂੰ ਇਨ आवर ਬਾਡੀ ਦੇ ਵਿੱਚ ਐਂਡ ਅਦਰ ਹਾਰਮੋਨਸ ਯੂ ਪ੍ਰੋਡਿਊਸ ਕਰਦੀ ਹੈ ਸਟੱਡੀ ਆਫ ਕਿਡਨੀ ਫਰੈਂਡਸ ਨੈਫਰੋਲੋਜੀ ਬੋਲਿਆ ਜਾਂਦਾ ਇਹ ਵੀ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਹੈ ਐਂਡ ਇੱਕ ਐਕਸਰਸ਼ਨ ਵਰਡ ਹੈ ਜਿਸ ਦਾ ਮਤਲਬ ਹੁੰਦਾ ਹੈ ਰਿਮੂਵਲ ਆਫ ਵੇਸਟ ਜਦੋਂ ਵੀ ਕਿਡਨੀ ਬਲੱਡ ਦੀ ਫਿਲਟਰੇਸ਼ਨ ਕਰਦੀ ਹੈ ਤਾਂ ਉਹ ਐਕਸਰਸ਼ਨ ਕਰਦੀ ਹੈ ਜੋ ਵੀ ਆਪਣੀ ਵੇਸਟ ਪ੍ਰੋਡਕਟਸ ਹੋਣਗੇ ਤਾਂ ਇਹ ਫਰੈਂਡਸ ਐਕਸਟਰਾ ਫੈਕਟਸ ਤੁਸੀਂ ਸਾਰੇ ਯਾਦ ਕਰ ਲੈਣੇ ਆ ਨੈਕਸਟ ਕੁਐਸ਼ਨ ਹੈ ਹੂ ਇਜ਼ ਦ ਰਾਈਟਰ ਆਫ ਬਚਿੱਤਨ ਨਾਟਕ ਫਰੈਂਡਜ਼ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਹੈ ਜੋ ਕਿ ਬੋਧ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਬਚਿੱਤਨ ਨਾਟਕ ਗੁਰੂ ਜੀ ਦੀ ਆਟੋ ਬਾਇਓਗ੍ਰਾਫੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫਰਸਟ 32 ਇਅਰਜ਼ ਬਾਰੇ ਲਿਖਿਆ ਹੈ ਦਸ਼ਮ ਗ੍ਰੰਥ ਦੇ ਵਿੱਚੋਂ ਇਸ ਦਾ ਕੁਸ਼ਕ ਪਾੜ ਦਿੱਤਾ ਗਿਆ ਤਾਂ ਇਸ ਤੋਂ ਇਲਾਵਾ ਫਰੈਂਡਜ਼ ਅ ਕੁਝ ਕੁ ਹੋਰ ਚਨਾਵਾਂ ਜੋ ਗੁਰੂ ਜੀ ਨੇ ਕੀਤੀਆਂ 10th ਗੁਰੂ ਗੋਬਿੰਦ ਸਿੰਘ ਜੀ ਨੇ ਉਹ ਵੀ ਆਪਾਂ ਦੇਖ ਲੈਣੇ ਆ ਜਿਸ ਤਰ੍ਹਾਂ ਚੰਡੀ ਦੀ ਵਾਰ ਜੋ ਕੁਐਸਚਨ ਬਹੁਤ ਵਾਰ ਇਗਜ਼ਾਮ ਦੇ ਵਿੱਚ ਬਣਿਆ ਚੰਡੀ ਦੀ ਵਾਰ ਕਿਸ ਦੁਆਰਾ ਲਿਖੀ ਗਈ ਹੈ ਜਾਂ ਜਫਰਨਾਮਾ ਜਿਹੜਾ ਇੱਕ ਲੈਟਰ ਸੀਗਾ ਅਕਾਲ ਉਤਸਵ ਐਂਡ ਇਹ ਸਾਰੇ ਤੁਸੀਂ ਯਾਦ ਕਰ ਲੈਣੇ ਆ ਤਾਂ ਇਸ ਦਾ ਆਪਸ਼ਨ ਦੇ ਅਕੋਰਡਿੰਗ ਜਿਹੜਾ ਆਨਸਰ ਹੋਵੇਗਾ ਉਹ ਹੋਵੇਗਾ ਗੁਰੂ ਗੋਬਿੰਦ ਸਿੰਘ ਜੀ ਜੋ ਕਿ 10th ਗੁਰੂ ਸੀਗੇ ਸਿੱਖੀਜ਼ਮ ਦੇ ਵਿੱਚ ਤਾਂ ਇਹਨਾਂ ਨੇ ਖਾਲਸਾ ਪੰਥ ਦੀ ਸਫਨਾ ਵੀ ਕੀਤੀ ਸੀਗੀ 13 10 1999 ਤੇ 19 ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖ ਲੈਣਾ ਨੈਕਸਟ ਕੁਐਸਚਨ ਹੈ ਵਿਚ ਵਾਸ ਦਾ ਟੈਂਪਰੇਰੀ ਕੈਪੀਟਲ ਆਫ ਪੰਜਾਬ ਆਫਟਰ 1947 1947 ਫਰੈਂਡਸ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਐਂਡ ਪਾਕਿਸਤਾਨ ਦੀ ਵੰਡ ਹੋਈ ਸੀਗੀ ਤਾਂ ਇਸ ਤਰੀਕੇ ਦੇ ਨਾਲ ਜੋ ਟੈਂਪਰੇਰੀ ਕੈਪੀਟਲ ਸੀ ਪੰਜਾਬ ਦੀ ਉਹ Shimla ਸੀਗੀ ਜਿਸ ਨੂੰ ਬਾਅਦ ਵਿੱਚ ਚੇਂਜ ਕਰਕੇ ਚੰਡੀਗੜ੍ਹ ਬਣਾ ਦਿੱਤਾ ਗਿਆ ਫਰੈਂਡਸ Shimla ਤੋਂ ਪਹਿਲਾਂ ਇਸਦੀ ਕੈਪੀਟਲ ਲਾਹੌਰ ਸੀ ਮੀਨਸ ਪਹਿਲਾ ਕੈਪੀਟਲ ਲਾਹੌਰ ਸੀਗੀ ਲਾਹੌਰ ਤੋਂ ਬਾਅਦ ਦੇ ਵਿੱਚ Shimla ਬਣਾਈ ਗਈ ਸ਼ਿਮਲਾ ਕੈਪੀਟਲ ਇਸਦੀ ਕਰ ਦਿੱਤੀ ਗਈ ਐਂਡ ਸ਼ਿਮਲਾ ਤੋਂ ਬਾਅਦ ਫਿਰ ਇਸਦੀ ਕੈਪੀਟਲ ਚੰਡੀਗੜ੍ਹ ਬਣਾ ਦਿੱਤੀ ਗਈ ਤਾਂ ਇਹ ਤੁਸੀਂ ਯਾਦ ਰੱਖਣਾ ਜੋ ਚੰਡੀਗੜ੍ਹ ਕੈਪੀਟਲ ਸੀ ਪੰਜਾਬ ਦੀ 9050 ਦੇ ਵਿੱਚ ਬਣਾਈ ਗਈ ਜਿਸ ਨੂੰ ਕੰਪਲੀਟ ਹੋਣ ਤੇ 90 ਜੋ ਇਸ ਨੂੰ ਕੰਪਲੀਟ ਹੋਣ ਦੇ 10 ਇਅਰ ਲੱਗੇ ਮੀਨਸ 9060 ਦੇ ਵਿੱਚ ਚੰਡੀਗੜ੍ਹ ਕੰਪਲੀਟ ਬਣ ਕੇ ਤਿਆਰ ਹੋਇਆ ਤਾਂ ਚੰਡੀਗੜ੍ਹ ਜੋ ਸੀ ਜਵਾਹਰ ਲਾਲ ਨਹਿਰੂ ਜੋ ਆਪਣੇ ਫਰਸਟ ਪ੍ਰਾਈਮ ਮਿਨਿਸਟਰ ਸੀ ਇਸ ਦੀ ਇਹਨਾਂ ਦੀ ਡ੍ਰੀਮ ਸਿਟੀ ਸੀਗੀ ਚੰਡੀਗੜ੍ਹ ਦੇ ਵਿੱਚ 2000 2016 ਦੇ ਵਿੱਚ ਯੂਨੈਸਕੋ ਵੱਲੋਂ ਇੱਕ ਕੈਪੀਟਲ ਕੰਪਲੈਕਸ ਬਿਲਡਿੰਗ ਨੂੰ ਯੂਨੈਸਕੋ ਵੰਡ ਹੈਰੀਟੇਜ ਸਾਈਟ ਡਿਕਲੇਅਰ ਕੀਤਾ ਗਿਆ ਜੋ ਇਸ ਦਾ ਸੈਸ਼ਨ ਹੋਇਆ ਸੀਗਾ ਇੰਸਤਬੁਲ ਦੇ ਵਿੱਚ ਤਾਂ ਫਰੈਂਡਸ ਇਹ ਵੀ ਇੱਕ ਮੋਸਟ ਇੰਪੋਰਟੈਂਟ ਕੁਐਸਚਨ ਬੰਦ ਹੈ ਕਿਉਂਕਿ ਕੈਪੀਟਲ ਦੀ ਗੱਲ ਹੋ ਰਹੀ ਹੈ ਤਾਂ ਐਡ ਪ੍ਰੈਜ਼ੈਂਟ ਯੂ ਕੈਪੀਟਲ ਹੈ ਪੰਜਾਬ ਦੀ ਉਹ ਚੰਡੀਗੜ੍ਹ ਹੈ ਜਿਸ ਨੂੰ ਡਿਜ਼ਾਈਨ ਕੀਤਾ ਸੀਗਾ ਲੀਕਾਰ ਰੂਜੀਅਨ ਨੇ ਜੋ ਕਿ ਇੱਕ ਫ੍ਰੈਂਚ ਪਰਸਨ ਸੀ ਫ੍ਰੈਂਚ ਦਾ ਫ੍ਰਾਂਸ ਦਾ ਰਹਿਣ ਵਾਲਾ ਸੀ ਤਾਂ ਇਹ ਕੁਝ ਕੁ ਫੈਕਟਸ ਹਨ ਜੋ ਤੁਸੀਂ ਯਾਦ ਕਰ ਲੈਣੇ ਆ ਤਾਂ ਕੈਪੀਟਲ ਕੰਪਲੈਕਸ ਬਿਲਡਿੰਗ ਦੀ ਗੱਲ ਕਰੀਏ ਫਰੈਂਡਸ ਤਾਂ ਉਸ ਦੇ ਵਿੱਚ ਆ ਜਾਂਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਸੈਕਟਰੀਟ ਆ ਜਾਂਦਾ ਇਸ ਤੋਂ ਇਲਾਵਾ ਕੁਝ ਕੋ ਮਨੂਮੈਂਟਸ ਇਸ ਤਰ੍ਹਾਂ ਓਪਨ ਹੈਂਡ ਮਲਟਰੀਅਸ ਮੈਮੋਰੀਅਲ ਐਂਡ ਜੀਓਮੈਟ੍ਰਿਕ ਹਿਲਸ ਟਾਵਰ ਆਫ ਸ਼ੈਡੋ ਐਂਡ ਰੌਕ ਗਾਰਡਨ ਤਾਂ ਇਹ ਸਾਰੇ ਕੁਝ ਸਾਰਾ ਕੁਝ ਜੋ ਹੈ ਉਹ ਕੈਪੀਟਲ ਕੰਪਲੈਕਸ ਬਿਲਡਿੰਗ ਦੇ ਵਿੱਚ ਆ ਜਾਂਦਾ ਜਿਸ ਨੂੰ 2016 ਦੇ ਵਿੱਚ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਡਿਕਲੇਅਰ ਕੀਤਾ ਗਿਆ ਤਾਂ ਇਹ ਫਰੈਂਡਸ ਕੁਝ ਐਕਸਟਰਾ ਇਨਫੋਰਮੇਸ਼ਨ ਸੀ ਜੋ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਪੂਰਨ ਭਗਤ ਬਿਲੋਂਗ ਟੂ ਦਾ ਰੀਜਨ ਆਫ ਤਾਂ ਫਰੈਂਡਸ ਪੂਰਨ ਭਗਤ ਜੋ ਸੀ ਉਹ ਪ੍ਰਿੰਸ ਸੀ ਸਿਆਲਕੋਟ ਦਾ ਤਾਂ ਇਸ ਤਰੀਕੇ ਨਾਲ ਉਹ ਸਿਆਲਕੋਟ ਰੀਜਨ ਨੂੰ ਬਿਲੋਂਗ ਕਰਦਾ ਹੈ ਐਂਡ ਇਸ ਦਾ ਯੂ ਰਾਈਟ ਆਨਸਰ ਹੋਵੇਗਾ ਉਹ ਏ ਹੋ ਜਾਵੇਗਾ ਤਾਂ ਇਸ ਦੇ ਵਿੱਚ ਇੱਕ ਛੋਟੀ ਜਿਹੀ ਸਟੋਰੀ ਹੈ ਜੋ ਪੂਰਨ ਭਗਤ ਸੀ ਉਹ ਰਾਜਾ ਸਲਵਾਨ ਐਂਡ ਕੁਇਨ ਇਛਰਾ ਦਾ ਸੰਸੀ ਜੋ ਕਿ ਸਿਆਲਕੋਟ ਦੇ ਵਿੱਚ ਰਾਜ ਕਰ ਰਹੇ ਸੀ ਤਾਂ ਫਰੈਂਡਸ ਜਦੋਂ ਪੂਰਨ ਭਗਤ ਦਾ ਜਨਮ ਹੁੰਦਾ ਹੈ ਤਾਂ ਰਾਜਾ ਸਲਵਾਨ ਐਂਡ ਕੁਇਨ ਇਸ਼ਰਾ ਵੱਲੋਂ ਉਸ ਨੂੰ 12 ਸਾਲਾਂ ਦੇ ਲਈ ਆਪਣੇ ਪੈਲੇਸ ਤੋਂ ਬਹੁਤ ਦੂਰ ਭੇਜ ਦਿੱਤਾ ਜਾਂਦਾ ਤਾਂ ਜੋ ਉਸ ਨੂੰ ਨੈਕਸਟ ਬਾਦਸ਼ਾਹ ਇਸ ਟ੍ਰਿਕੇ ਦੇ ਨਾਲ ਜਦੋਂ 12 ਸਾਲਾਂ ਦੇ ਲਈ ਪੂਰਨ ਭਗਤ ਬਾਹਰ ਜਾਂਦਾ ਤਾਂ ਰਾਜਾ ਸਲਵਾਨ ਜੋ ਹੁੰਦਾ ਉਹ ਕੁਈਨ ਲੂਨਾ ਦੇ ਨਾਲ ਮੈਰिज ਕਰਵਾ ਲੈਂਦਾ ਜੋ ਕਿ ਉਸਦੀ ਸੈਕੰਡ ਵਾਈਫ ਬਣਦੀ ਹੈ ਤਾਂ ਕੁਈਨ ਇਸ਼ਰਾ ਜੋ ਸੀ ਉਹ ਰਾਜਾ ਸਲਵਾਨ ਦੀ ਫਰਸਟ ਵਾਈਫ ਸੀ ਐਂਡ ਲੂਨਾ ਉਸਦੀ ਸੈਕੰਡ ਵਾਈਫ ਬਣ ਜਾਂਦੀ ਹੈ 12 ਸਾਲ ਬਾਅਦ ਜਦੋਂ ਪੂਰਨ ਭਗਤ ਵਾਪਸ ਆਉਂਦੇ ਆ ਤਾਂ ਲੂਨਾ ਜੋ ਹੁੰਦੀ ਹੈ ਉਸ ਨੂੰ ਆਪਣੇ ਨਾਲ ਮੈਰਿਜ ਕਰਵਾਉਣ ਦੇ ਲਈ ਆਖਦੀ ਹੈ ਤਾਂ ਰਾਜ ਪੂਰਨ ਭਗਤ ਦੇ ਇਨਕਾਰ ਕਰਨ ਦੇ ਉੱਤੇ ਰਾਜਾ ਨੂੰ ਕਹਿ ਕੇ ਉਸ ਦੇ ਅੰਗ ਪੈਰ ਵਢਵਾ ਕੇ ਉਸ ਨੂੰ ਖੂਹ ਦੇ ਵਿੱਚ ਸੁੱਟਵਾ ਦਿੰਦੀ ਹੈ ਤਾਂ ਫਰੈਂਡਸ ਉਹ ਜੋ ਖੂਹ ਹੈ ਉਹ ਅੱਜ ਵੀ ਸਿਆਲਕੋਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਾਫੀ ਫੇਮਸ ਹੈ ਤਾਂ ਇਸ ਤਰੀਕੇ ਦੇ ਨਾਲ ਉਸ ਖੂਹ ਕੋਲ ਦੀ ਗੋਰਖਨਾਥ ਜੀ ਜਾ ਰਹੇ ਹੁੰਦੇ ਆ ਜੋ ਜੀ ਉਸ ਨੂੰ ਉੱਥੋਂ ਬਾਹਰ ਕੱਢ ਲੈਂਦੇ ਆ ਤਾਂ ਗੋਰਖਨਾਥ ਜੀ ਦੇ ਅੰਡਰ ਜੋ ਉਹ ਜੋਗੀ ਬਣ ਜਾਂਦੇ ਆ ਬਾਅਦ ਵਿੱਚ ਜਿਨ੍ਹਾਂ ਨੂੰ ਅੱਜ ਬਾਬਾ ਸ਼ਾਹਜਨ ਨਾਥ ਜੀ ਬਾਬਾ ਸ਼ਾਹਜਨਾਥ ਜੀ ਦੇ ਨਾਮ ਤਾਂ ਇੱਕ ਛੋਟਾ ਜਿਹਾ ਕੋਈ ਛੋਟਾ ਜਿਹਾ ਕਿੱਸਾ ਸੀਗਾ ਤਾਂ ਆਪਣੇ ਜੋ ਪੰਜਾਬੀ ਦੇ ਫੇਮਸ ਪੋਇਟ ਹੋਇਆ ਕਾਦਰ ਯਾਰ ਇਹਨਾਂ ਵੱਲੋਂ ਵੀ ਕਿੱਸਾ ਪੂਰਨ ਭਗਤ ਸਿੰਘ ਕਿੱਸਾ ਪੂਰਨ ਭਗਤ ਲਿਖਿਆ ਹੋਇਆ ਜੋ ਕਿ ਕਾਫੀ ਫੇਮਸ ਰਿਹਾ ਤਾਂ ਇਹਨਾਂ ਵੱਲੋਂ ਕੁਝ ਹੋਰ ਇਚਨਾਵਾ ਵੀ ਕੀਤੀਆਂ ਗਈਆਂ ਜਿਸ ਤਰ੍ਹਾਂ ਕਿੱਸਾ ਰਾਜਾ ਰਸਾਲੂ ਸੋਨੀ ਮਹੀਵਾਲ ਹਰੀ ਸਿੰਘ ਨਲਵਾ ਦਾ ਇਹ ਕੁਝ ਰਿਚਨਾਵਾਂ ਹਨ ਜੋ ਕਾਦਰ ਯਾਰ ਵੱਲੋਂ ਕੀਤੀਆਂ ਗਈਆਂ ਹਨ ਤਾਂ ਇਸ ਤਰੀਕੇ ਦੇ ਨਾਲ ਪੂਰਨ ਭਗਤ ਜੋ ਸਿਆਲਕੋਟ ਰੀਜਨ ਨੂੰ ਬਿਲੋਂਗ ਕਰਦਾ ਸੀ ਤਾਂ ਇਹ ਇਸ ਦਾ ਰਾਈਟ ਆਨਸਰ ਹੋਵੇਗਾ ਨੈਕਸਟ ਕੁਐਸਚਨ ਹੈ ਵਿੱਚ ਕਨਸਟੀਟਿਊਸ਼ਨਲ ਐਮੈਂਡਮੈਂਟ ਐਕਟ ਡੀਲਸ ਵਿਦ ਦਾ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਤਾਂ ਫਰੈਂਡਸ 73rd ਐਮੈਂਡਮੈਂਟ ਐਕਟ ਵੀ ਕੀਤਾ ਗਿਆ ਸੀਗਾ 1992 ਦੇ ਵਿੱਚ ਉਹ ਪੰਚਾਇਤੀ ਰਾਜ ਇੰਸਟੀਟਿਊਸ਼ਨ ਦੇ ਨਾਲ ਡੀਲ ਕਰਦਾ ਤਾਂ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਸੀ ਹੋਵੇਗਾ ਤਾਂ ਫਰੈਂਡਸ ਪੰਚਾਇਤੀ ਰਾਜ ਵਾਲੇ ਦੇਖ ਲੈਣੇ ਆ ਪੰਚਾਇਤੀ ਰਾਜ ਦਾ ਮਤਲਬ ਹੁੰਦਾ ਲੋਕਲ ਸੈਲਫ ਗਵਰਨਮੈਂਟ ਜੋ ਕਿ ਵਿਲੇਜ ਲੈਵਲ ਤੇ ਹੁੰਦੀ ਹੈ ਕਰੰਟਲੀ ਪੰਚਾਇਤੀ ਰਾਜ ਸਿਸਟਮ ਹੈ ਜਿਹੜਾ ਹੋ ਆਲ ਸਟੇਟਸ ਦੇ ਵਿੱਚ ਇੰਡੀਆ ਦੇ ਵਿੱਚ ਐਗਜ਼ਿਸਟ ਕਰਦਾ ਐਕਸੈਪਟ ਨਾਗਾਲੈਂਡ ਮਹੰਗਾਲਿਆ ਐਂਡ ਮਿ ਐਂਡ ਸਾਰੀਆਂ ਯੂਟੀ ਦੇ ਵਿੱਚ ਐਗਜ਼ਿਸਟ ਕਰਦਾ ਐਕਸੈਪਟ ਦਿੱਲੀ ਯੂਟੀ ਨੂੰ ਛੱਡ ਕੇ ਤਾਂ ਇਸ ਤੋਂ ਇਲਾਵਾ ਆਪਾਂ ਕੁਝ ਕੁ ਕਮੇਟੀਆਂ ਦੇਖ ਲੈਣੇ ਆ ਜੋ ਕਿ ਪੰਚਾਇਤੀ ਰਾਜ ਨੂੰ ਫਾਰਮ ਕਰਨ ਦੇ ਲਈ ਬਣਾਈਆਂ ਗਈਆਂ ਸੀ ਫਰੈਂਡਸ ਕਾਫੀ ਸਾਰੀਆਂ ਕਮੇਟੀਆਂ ਹੈ ਪਰ ਤੁਸੀਂ ਸਾਰੀਆਂ ਯਾਦ ਨਹੀਂ ਕਰਨੀਆਂ ਕੁਝ ਕੁ ਜੋ ਇੰਪੋਰਟੈਂਟ ਹੈ ਨੇ ਜਿਸ ਤਰ੍ਹਾਂ ਬਲਵੰਤਰਾ ਹੀ ਮਹਤਾ ਕਮੇਟੀ ਇਹ ਕਾਫੀ ਫੇਮਸ ਹੈ ਇਸ ਤੋਂ ਬਾਅਦ ਅਸ਼ੋਕ ਮਹਿਤਾ ਕਮੇਟੀ ਇਹ ਵੀ ਇੰਪੋਰਟੈਂਟ ਹੈ ਐਂਡ ਐਲ ਐਮ ਸਿਗਮੀ ਸਿਗਵੀ ਕਮੇਟੀ ਜੋ ਕਿ 1986 ਦੇ ਵਿੱਚ ਫਾਰਮ ਕੀਤੀ ਗਈ ਸੀ ਤਾਂ ਇਹ ਕੁਸ਼ਕ 3 ਕਮੇਟੀਆਂ ਹਨ ਜੋ ਤੁਸੀਂ ਯਾਦ ਰੱਖਣੀਆਂ ਕਾ ਸਾਰੀਆਂ ਕਮੇਟੀਆਂ ਦੇ ਫਰੰਡ ਯਾਦ ਕਰਨ ਦੀ ਲੋੜ ਨਹੀਂ ਹੈ ਸਿਰਫ ਬਲਵੰਤਰਾ ਮਹਿਤਾ ਅਸ਼ੋਕ ਮਹਿਤਾ ਐਂਡ ਐਲ ਐਮ ਸੀ ਦੀ ਵੀ ਕੁਇਟੀ ਯਾਦ ਰੱਖੋ ਕਈ ਵਾਰੀ ਸਿੰਪਲ ਜਿਹਾ ਕੁਐਸਚਨ ਆ ਜਾਂਦਾ ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਪੰਚਾਇਤੀ ਰਾਜ ਦੇ ਅਨੁਸ਼ੀਲਨ ਨਾਲ ਕਨੈਕਟਡ ਹੈ ਤਦ ਤੁਸੀਂ ਦਾ ਰਾਈਟ ਆਨਸਰ ਦੇ ਸਕਦੇ ਹੋ ਜੋ ਸਾਰੀਆਂ ਕਮੇਟੀਆਂ ਹਨ ਇਹਨਾਂ ਨੂੰ ਜਸਟ ਇੱਕ ਵਾਰੀ ਰੀਡ ਕਰ ਲਓ ਬਟ ਜੋ ਇੱਥੇ ਅੰਡਰਲਾਈਨ ਕੀਤੇ ਆ ਗਏ ਇਹ ਤੁਸੀਂ ਯਾਦ ਰੱਖਣੀ ਹੈ ਇਸ ਤੋਂ ਲਾਓ ਫਰੈਂਡਸ ਅਦਰ ਫੈਕਟਸ ਦੇਖੀ ਤਾਂ ਰਾਜਸਥਾਨ ਫਰਸਟ ਸਟੇਟ ਬਣੀ ਸੀਗੀ ਜੋ ਜਿਸਨੇ ਪੰਚਾਇਤੀ ਰਾਜ ਸਿਸਟਮ ਨੂੰ ਅਡਾਪਟ ਕੀਤਾ ਸੀਗਾ ਲਾਰਡ ਰਿਪੋ ਜੋ ਸੀ ਉਸਨੂੰ ਲੋਕਲ ਸੈਫ ਗਵਰਨਮੈਂਟ ਦਾ ਫਾਦਰ ਵੀ ਕਿਹਾ ਜਾਂਦਾ ਹੈ ਇਹ ਕੁਐਸਚਨ ਬਰੀ ਬਰੀ ਇੰਪੋਰਟੈਂਟ ਹੈ ਫਰੈਂਡਸ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਚੁੱਕਿਆ ਐਂਡ ਪੰਚਾਇਤੀ ਰਾਜ ਸਿਸਟਮ ਦਾ ਜੋ ਫਾਦਰ ਇਸ ਇੰਡੀਆ ਦੇ ਵਿੱਚ ਉਸਨੂੰ ਬਲਵੰਤ رائے ਮਹਿਤਾ ਕਿਹਾ ਜਾਂਦਾ ਜੋ ਕਿ ਗੁਜਰਾਤ ਦਾ ਸੈਕਿੰਡ ਸੀਐਮ ਸੀ ਤਾਂ ਫਰੈਂਡਸ ਇਹਨਾਂ ਦੇ ਨਾਮ ਤੇ ਜੋ ਕਮੇਟੀ ਬਣਾਈ ਗਈ ਸੀ ਬਲਵੰਤਰਾ ਮਹਿਤਾ ਕਮੇਟੀ ਜਿਨ੍ਹਾਂ ਨੇ ਪੰਚਾਇਤੀ ਰਾਜ ਜੋ ਨੂੰ ਇੰਡੀਆ ਦੇ ਵਿੱਚ ਸਟੈਬਲਿਸ਼ ਕਰਨ ਦੀ ਸ਼ੁਰੂਆਤ ਕੀਤੀ ਸੀ ਤਾਂ ਇਹ ਸੀਗੇ ਕੁਝ ਫੈਕਟਸ ਰਿਗਾਰਡਿੰਗ ਪੰਚਾਇਤੀ ਰਾਜ ਸਿਸਟਮ ਇਨ ਇੰਡੀਆ ਨੈਕਸਟ ਕੁਐਸਚਨ ਹੈ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਅਪੈਕਸ ਆਫ ਦਾ ਥਰੀ ਟਾਇਰ ਸਿਸਟਮ ਇਨ ਇੰਡੀਆ ਤਾਂ ਫਰੈਂਡਸ ਥਰੀ ਟਾਇਰ ਸਿਸਟਮ ਜੋ ਲੋਕਲ ਗਵਰਨਮੈਂਟ ਹੈ ਪਾਏ ਪੰਚਾਇਤੀ ਰਾਜ ਦੇ ਵਿੱਚ ਉਸ ਦੇ ਵਿੱਚੋਂ ਹੀ ਨਿਕਲ ਕੇ ਆਇਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ಗ್ರಾಮ ಗ್ರಾಮ ਪੰਚਾਇਤ ਜੋ ਵਿਲੇਜ ਲੈਵਲ ਤੇ ਲੋਕਲ ਗਵਰਨਮੈਂਟ ਹੈ ਐਂਡ ਬਲੋਕ ਲੈਵਲ ਤੇ ਜੋ ਹੈ ਉਹ ਹੈ ਪੰਚਾਇਤ ਸਭਾ ਮੀਤੀ ਐਂਡ ਡਿਸਟ੍ਰਿਕਟ ਲੈਵਲ ਤੇ ਜੋ ਹੁੰਦੀ ਹੈ ਉਸ ਨੂੰ ਜ਼ਿਲ੍ਹਾ ਪ੍ਰੀਸ਼ਦ ਬੋਲਿਆ ਜਾਂਦਾ ਤਾਂ ਜ਼ਿਲ੍ਹਾ ਪ੍ਰੀਸ਼ਦ ਜੋ ਹੁੰਦੀ ਹੈ ਫਰੈਂਡਸ ਉਹ ਅਪੈਕਸ ਬਾਡੀ ਹੁੰਦੀ ਹੈ ਜਿਸ ਦੇ ਅੰਡਰ ਹੀ ਪੰਚਾਇਤੀ ਸਰਪੰਚਾਇਤ ਸਭਾ ਮੀਤੀ ਐਂਡ ಗ್ರಾಮ ਪੰਚਾਇਤ ਐਗਜ਼ਿਸਟ ਕਰਦੀ ਹੈ ਤਾਂ ਸਭ ਤੋਂ ਅਪੈਕਸ ਬਾਡੀ ਹੋਵੇਗੀ ਜੋ ਜ਼ਿਲ੍ਹਾ ਪ੍ਰੀਸ਼ਦ ਸੈਕਿੰਡ ਤੇ ਜੋ ਹੋਵੇਗੀ ਪੰਚਾਇਤ ਸੰਮਤੀ ਐਂਡ ਥਰਡ ਤੇ ಗ್ರಾಮ ਪੰਚਾਇਤ ਇਸ ਦਾ ਜੋ ਰਾਈਟ ਆਨਸਰ ਹੋਵੇਗਾ ਉਹ ਜ਼ਿਲ੍ਹਾ ਪ੍ਰੀਸ਼ਦ ਸੀ ਬਣ ਜਾਵੇਗਾ ਤਾਂ ਇੱਕ ਵਾਰੀ ਆਪਾਂ ಗ್ರಾಮ ਸਭਾ ਵਰ ਐਂਡ ಗ್ರಾಮ ਪੰਚਾਇਤ ਦੇ ਵਿੱਚ ਵੀ ਡਿਫਰੈਂਸ ਦੇਖ ਲੈਣੇ ਆ ਤਾਂ ਫਰੈਂਡਸ ಗ್ರಾಮ ਸਭਾ ਜੋ ਹੁੰਦੀ ਹੈ ਉਹ ਉਹ ಗ್ರಾಮ ਸਭਾ ਕਨਸਿਸਟ ਕਰੇਗੀ 올 ਅਡਲਟ ਮੈਂਬਰਸ ਜਿਨ੍ਹਾਂ ਦੀ ਏਜ 18 ਸਾਲ ਤੋਂ ਵੱਧ ਹੈ ਮੀਨਸ ਇਸ ਦੇ ਵਿੱਚ ਕੋਈ ਇਲੈਕਸ਼ਨ ਦੀ ਲੋੜ ਨਹੀਂ ਹੁੰਦੀ ਜੋ ਵੀ ਵਿਲੇਜ ਦੇ ਵਿੱਚ ਮੈਂਬਰ ਜਿਸ ਦੀ ਏਜ 18 ਸਾਲ ਤੋਂ ਵੱਧ ਹੋਵੇਗੀ ਉਹ ਆਟੋਮੈਟਿਕਲੀ ಗ್ರಾಮ ਸਭਾ ਦਾ ਮੈਂਬਰ ਹੋ ਜਾਵੇਗਾ ਜਦੋਂ ਕਿ ಗ್ರಾಮ ਪੰਚਾਇਤ ਦੇ ਵਿੱਚ ਜੋ ਵੀ ਮੈਂਬਰਸ ਹੁੰਦੇ ਆ ਉਹ ਇਲੈਕਟਡ ਮੈਂਬਰਸ ਹੁੰਦੇ ਆ ਜਿਨ੍ਹਾਂ ਨੂੰ ಗ್ರಾಮ ਸਭਾ ਇਲੈਕਟ ਕਰਦੀ ਹੈ ਤਾਂ ಗ್ರಾಮ ਸਭਾ ਜੋ ਹੁੰਦੀ ਹੈ ਫਰੈਂਡਸ ਪਰਮਾਨੈਂਟ ਬੋਰਡ ਹੀ ਹੁੰਦੀ ਹੈ ਇਸ ਨੂੰ ਕਦੇ ਵੀ ਡਾਇਸੋਲਵ ਨਹੀਂ ਕੀਤਾ ਜਾ ਸਕਦਾ ਜਦੋਂ ਕਿ ಗ್ರಾಮ ਪੰਚਾਇਤ 5 ਇਅਰ ਲਈ ਇਲੈਕਟ ਕੀਤੀ ਜਾਂਦੀ ਹੈ 5 ਸਾਲਾਂ ਬਾਅਦ ਦੁਬਾਰਾ ਫਿਰ ਇਲੈਕਸ਼ਨਸ ਹੁੰਦੀਆਂ ਗ੍ਰਾਮ ਸਭਾ ਮੋਨੀਟਰ ਕਰਦੀ ਆ ਜੋ ਵੀ ਕੰਮ ਗ੍ਰਾਮ ਪੰਚਾਇਤ ਦੁਆਰਾ ਕੀਤੇ ਜਾਂਦੇ ਆ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਗ੍ਰਾਮ ਪੰਚਾਇਤ ਦੀ ਇੱਕ ਸ਼ਾਰਟ ਐਗਜ਼ੀਕਿਊਟਿਵ ਹੁੰਦੀ ਆ ਸ਼ਾਰਟ ਐਗਜ਼ੀਕਿਊਟਿਵ ਆਰਗਨ ਹੁੰਦਾ ਆ ਗ੍ਰਾਮ ਸਭਾ ਦਾ ਤਾਂ ਗ੍ਰਾਮ ਸਭਾ ਇਹ ਦੇਖਦੀ ਆ ਕਿ ਗ੍ਰਾਮ ਪੰਚਾਇਤ ਨੂੰ ਕਿਸ ਤਰ੍ਹਾਂ ਦੇ ਕੰਮ ਕਰਵਾਉਣੇ ਆ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਹ ਜੋ ਡਿਫਰੈਂਸ ਆ ਉਹ ਚੰਗੀ ਤਰ੍ਹਾਂ ਦੇਖ ਲੈਣਾ ਨੈਕਸਟ ਕੁਐਸਚਨ ਫਰੈਂਡਸ ਵੈਰੀ ਵੈਰੀ ਇੰਪੋਰਟੈਂਟ ਆ ਜੋ ਕਿ ਕਈ ਵਾਰੀ ਐਗਜ਼ਾਮ ਦੇ ਵਿੱਚ ਬਣਿਆ ਆ ਕੁਸ਼ਨ ਹੈ ਇਨ ਵਿਚ ਆਫ ਦਾ ਫੋਲੋਇੰਗ ਸਟੇਟ ਇਜ਼ ਦਾ ਕੈਬੂ ਲੈਮਜੂ نیشنل پارک ਦਾ ਓਨਲੀ ਫਲੋਟਿੰਗ نیشنل پارک ਇਨ ਦਾ ਵਰਲਡ ਲੋਕੇਟਡ ਤਾਂ ਫਰੈਂਡਸ ਇਹ ਜੋ نیشنل پارک ਹੈ ਮਣੀਪੁਰ ਸਟੇਟ ਦੇ ਵਿੱਚ ਲੋਕੇਟਡ ਹੈ ਸੈਵਨ ਸਿਸਟਰ ਸਟੇਟਸ ਦੇ ਵਿੱਚ ਦੀ ਲੋਕੇਸ਼ਨ ਦੇਖੇ ਤਾਂ ਮਣੀਪੁਰ ਇੱਥੇ ਲੋਕੇਟ ਕਰ ਰਿਹਾ ਤਾਂ ਮਣੀਪੁਰ ਦੇ ਵਿੱਚ ਹੀ ਜੋ ਹੈ ਫਰੈਂਡਸ ਇਹ نیشنل پارک ਬਣਿਆ ਹੋਇਆ ਹੈ ਕੈਬੂ ਲੈਮਜੂ نیشنل پارک ਜੋ ਕਿ ਲੋਕ ਤੱਕ ਲੇਕ ਦੇ ਉੱਤੇ ਲੋਕੇਟਡ ਹੈ ਤਾਂ ਫਰੈਂਡਸ ਲੋਕਤਕ ਝੀਲ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਇਸ ਦੇ ਨਾਲ ਤੁਹਾਡੇ ਦੋ ਕੁਐਸਚਨ ਜੋ ਜਿਆਦਾ ਹੋ ਰਹੇ ਆ ਇੱਕ ਤਾਂ ਇਹ ਹੈ ਕਿ ਲੋਕਤਕ ਝੀਲ ਕਿਹੜੀ ਸਟੇਟ ਦੇ ਵਿੱਚ ਹੈ ਮਣੀਪੁਰ ਦੇ ਵਿੱਚ ਹੈ ਐਂਡ ਲੋਕਤਕ ਝੀਲ ਦੇ ਉੱਪਰ ਹੀ ਫਰੈਂਡਸ ਕੈਵਲ ਲੈਂਜੋ نیشنل پارک ਹੈ ਜੋ ਕਿ ਪੂਰੇ ਵਰਲਡ ਦਾ ਇੱਕ ਸਿਰਫ ਇੱਕ ਹੀ نیشنل پارک ਹੈ ਜੋ ਕਿ ਫਲੋਟ ਕਰ ਰਿਹਾ ਮੀਨਸ ਤੈਰ ਰਿਹਾ ਝੀਲ ਦੇ ਉੱਤੇ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਕੁਐਸਚਨ ਜੋ ਯਾਦ ਕਰ ਲੈਣਾ ਹੈ ਕੁਝ ਕੁ ਹੋਰ ਫੈਕਟਸ ਦੇਖਦੇ ਆ ਫਰੈਂਡਸ ਲੋਕਤਕ ਝੀਲ ਜੋ ਹੈ ਇੱਕ ਲਾਰੀਸਟ ਫਰੈਸ਼ ਆਰਡਰ ਲਿਖਿਆ ਜੋ ਕਿ ਫੇਮਸ ਹੈ ਹਿਮੋਦੀਸ ਦੇ ਲੀਫ ਹਿਮੋਦੀਸ ਮੀਨਸ ਸੀਰੀ ਆਫ ਸੀਰੀਜ਼ ਆਫ ਫਲੋਟਿੰਗ ਆਈਲੈਂਡਸ ਤਾਂ ਲੋਕਤਕ ਲੇਕ ਫਰੈਂਡਸ ਜਿਸ ਨੂੰ ਡਿਕਲੇਅਰ ਕੀਤਾ ਗਿਆ ਸੀਗਾ ਰਾਮਸਰ ਸਾਈਟ 23 ਮਾਰਚ 1990 ਨੂੰ ਤਾਂ ਇਸ ਕਰਕੇ ਇਸ ਨੂੰ ਯਾਦ ਕਰਨਾ ਇੰਪੋਰਟੈਂਟ ਹੋ ਜਾਂਦਾ ਹੈ ਤਾਂ ਇਸ ਤਰੀਕੇ ਦੇ ਨਾਲ ਦੋ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹਨ ਜੋ ਬਹੁਤ ਸਾਰੇ ਐਗਜ਼ਾਮ ਦੇ ਵਿੱਚ ਪੁੱਛੇ ਜਾ ਚੁੱਕੇ ਹਨ ਐਂਡ ਅਪਕਮਿੰਗ ਵੀ ਇਹਨਾਂ ਦੀ ਸੰਭਾਵਨਾ ਹੈ ਫਰਸਟ ਕੁਐਸਚਨ ਜੋ ਹੈ ਲੋਕਤਕ ਲੇਕ ਕਿਹੜੀ ਸਟੇਟ ਦੇ ਵਿੱਚ ਹੈ ਮਣੀਪੁਰ ਦੇ ਵਿੱਚ ਐਂਡ ਨੈਸ਼ਨਲ ਕਾਬੂਲ ਲਾਮਜੂ نیشنل پارک ਜੋ ਹੈ ਉਹ ਵੀ ਲੋਕਤਕ ਲੇਕ ਦੇ ਉੱਪਰ ਹੀ ਮਣੀਪੁਰ ਸਟੇਟ ਦੇ ਵਿੱਚ ਹੈ ਤਾਂ ਆਓ ਦੇਖਦੇ ਆ ਨੈਕਸਟ ਕੁਐਸਚਨ what is the old name of punjab ਪੰਜਾਬ ਦਾ 올ਡ ਨੇਮ ਕੀ ਹੈ ਤਾਂ ਫਰੈਂਡਸ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦਾ ਨਾਮ ਫਾਈਵ ਰਿਵਰਸ ਤੋਂ ਪਿਆ ਬਟ ਇਸ ਤੋਂ ਪਹਿਲਾਂ ਵੀ ਰਿਗਵੇਦਿਕ ਰਿਗਵੇਦ ਦੇ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਸੱਵਨ ਜੋ ਰਿਵਰਸ ਹੁੰਨਿਆ ਸੀ ਜਿਸ ਕਰਕੇ ਇਸ ਨੂੰ ਸਬਤ ਸਿੱਧੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤਾਂ ਆਓ ਕੁਝ ਕੁ ਪੰਜਾਬ ਦੇ ਹੋਰ ਨਾਮ ਦੇਖ ਲੈਣੇ ਆ ਨਿਆਉ ਨੂੰ ਡਿਫਰੈਂਟ ਨੇਮਸ ਦੇ ਨਾਲ ਵੀ ਬੁਲਾਇਆ ਜਾਂਦਾ ਜਿਸ ਤਰ੍ਹਾਂ ਪੰਚਾਲ ਸੰਸਕ੍ਰਿਤ ਨਾਮ ਹੈ ਐਂਡ ਪੰਚਨਦ ਸੰਸਕ੍ਰਿਤ ਨਾਮ ਹੈ ਐਂਡ ਪਟਾਮੀਆ ਪੈਂਟਾਪਟਾਮੀਆ ਫਰੈਂਡਸ ਇਸਦਾ ਗ੍ਰੀਕ ਨੇਮ ਹੈ ਜੋ ਕਿ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਚੁੱਕਿਆ ਪੰਜਾਬ ਦਾ ਗ੍ਰੀਕ ਨੇਮ ਕੀ ਹੈ ਪੈਂਟਾਪਟਾਮੀਆ ਇਸ ਤੋਂ ਇਲਾਵਾ ਇਸ ਨੂੰ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੋ ਕਿ ਇਸਦਾ ਪਰਸੀਅਨ ਨੇਮ ਹੈ ਸਤਸਿੰਧੂ ਫਰੈਂਡਸ ਇਸਦਾ ਰਿਗਵੇਦਿਕ ਨੇਮ ਹੈ ਜਿਸ ਨੂੰ ਸੰਸਕ੍ਰਿਤ ਨੇਮ ਦੇ ਨਾਲ ਵੀ ਬੁਲਾਉਂਦੇ ਆਪਾਂ ਜਿਸਦਾ ਮਤਲਬ ਹੁੰਦਾ ਲੈਂਡ ਆਫ ਸੈਵਨ ਰਿਵਰਸ ਜੋ ਕਿ ਮੈਂਸ਼ਨ ਹੈ ਰਿਗਵੇਦ ਦੇ ਵਿੱਚ ਤਾਂ ਇਸ ਤਰ੍ਹਾਂ ਇਹ ਸੀਗੇ ਕੁਝ ਕੁ ਕੁਐਸਚਨ ਜੋ ਕਿ ਪੰਜਾਬ ਦੇ ਪੁਰਾਣੇ ਇਗਜ਼ਾਮ ਦੇ ਵਿੱਚੋਂ ਪਿੱਕ ਕੀਤੇ ਗਏ ਸੀਗੇ ਨੈਕਸਟ ਟਾਈਮ ਮਿਲਦੇ ਹਾਂ ਕੁਝ ਹੋਰ ਕੁਐਸਚਨ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਦਾ ਥੈਂਕਸ ਫੋਰ ਵਾਚਿੰਗ ਸਬਸਕ੍ਰਾਈਬ ਫੋਰ ਨਿਊ ਅਪਡੇਟਸ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟ ਐਂਡ ਤੁਸੀਂ ਸਾਨੂੰ ਟੈਲੀਗ੍ਰਾਮ ਚੈਨਲ ਐਂਡ ਇੰਸਟਾ ਤੇ ਫੋਲੋ ਕਰ ਸਕਦੇ ਹੋ ਐਂਡ ਬੈਲ ਆਈਕਨ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਅਪਕਮਿੰਗ ਜੋ ਵੀ ਸੈੱਟ ਅਪਲੋਡ ਹੋਵੇਗਾ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਥੈਂਕਸ